ਜਿਹੜੀਆਂ ਮੈਂ ਗੱਲਾਂ ਕਰਨ ਲੱਗਾ ਨਾ ਇਹਨਾਂ ਗੱਲਾਂ ਨੂੰ ਸੁਣਨ ਤੋਂ ਪਹਿਲੇ ਜ਼ਰਾ ਦਿਲ ਦੇ ਚੌਥਰੇ ਤੇ ਝਾੜੂ ਦਿਓ, ਇਸ਼ਕ ਦੇ ਪਾਣੀ ਦਾ ਤਰਕਾਉ ਕਰੋ, ਫਿਰ ਯਾਦ ਦਾ ਬਿਸਤਰ ਵਸਾਓ ਔਰ ਫਿਰ ਮੁਜੱਸਮਾ ਮੁਹੱਬਤ ਬਣ ਕੇ ਮਦੀਨੇ ਵਾਲੇ ਨੂੰ ਬੁਲਾਓ ਕਿ ਹਜ਼ੂਰ ਅੱਜ ਤਾਂ ਰਾਤ ਦੇ 12 ਵਜੇ ਕਰਮ ਕਰਾ ਕਰ ਦਿਓ ਨਾ। ਤਕਰੀਰਾਂ ਹੁੰਦੀਆਂ ਨੇ, ਗੱਲ ਪੱਕੀ ਗੱਲ ਹੈ, ਬੜੀਆਂ ਮਹਿਫਲਾਂ ਆਉਂਦੀਆਂ। ਮੈਂ ਜਦੋਂ ਬਿਆਨ ਪਹਿਲਾਂ ਬਿਆਨ ਕਰਨ ਜਾ ਰਿਹਾ ਸੀ ਨਾ, ਅਤੇ ਮੈਂ ਇਹ ਜਿਹੜੇ ਦੋਸਤ ਮਹਿਫਲ ਕਰ ਰਹੇ ਨੇ, ਮੈਨੂੰ ਤਾਂ ਉਹਨਾਂ ਦਾ ਨਾਮ ਹੀ ਨਹੀਂ ਆਉਂਦਾ, ਵੀ ਉਹਨਾਂ ਦਾ ਘਰ ਸਜਾ ਮੈਂ ਵੇਖਾਂ, ਅਤੇ ਮੈਂ ਇਹ ਸੋਚਣ 'ਤੇ ਮਜਬੂਰ ਹੋਇਆ ਕਿ ਸੋਹਣਿਆ ਤੇਰੀ ਕਿੰਨੀ ਉੱਚੀ ਸ਼ਾਨ ਹੈ। ਉਹ ਲੋਕ 20 ਸਾਲ ਬਾਅਦ ਕਬਰ ਦੀ ਮਿੱਟੀ ਨੂੰ ਵੀ ਭੁੱਲ ਜਾਂਦੇ, ਕਬਰ ਦੀ ਮਿੱਟੀ ਨੂੰ ਭੁੱਲ ਜਾਂਦੇ ਨੇ। ਇਹ ਕੋਈ ਪੁੱਤਰ ਦੀ ਮਹਿੰਦੀ ਨਹੀਂ ਕਿ ਪੂਰਾ ਘਰ ਲਾਈਟਾਂ ਨਾਲ ਸਜਾ ਖੜਾ ਹੈ। ਮੰਨਣਾ ਪਵੇਗਾ ਮਹਬੂਬਾ, ਸਾਨੂੰ ਪੁੱਤਰਾਂ ਨਾਲੋਂ ਵੀ ਤੁਸੀਂ ਚੰਗੇ ਘਣੇ ਲੱਗਦੇ ਜੇ। ਉਹਨੇ ਪੁੱਤਰ ਚੰਗੇ ਨਹੀਂ ਲੱਗਦੇ ਹਜ਼ੂਰ ਜਿੰਨੇ ਤੁਸੀਂ ਚੰਗੇ ਲੱਗਦੇ ਜੇ। ਤਾਂ ਹੀ ਤਾਂ 1400 ਸਾਲ ਬੀਤ ਗਏ, ਮਹਬੂਬਾ ਸਾਡੇ ਵਾਸਤੇ ਤਾਂ ਇੰਝ ਹੀ ਲੱਗਦਾ ਹੈ ਜਿਵੇਂ ਅੱਜ ਹੀ ਆਏ ਜੇ, ਅੱਜ ਹੀ ਆਏ ਜੇ। ਤੁਹਾਡੀ ਯਾਦ ਅੱਜ ਵੀ ਸਾਡੀ ਜ਼ਿੰਦਗੀ ਨੂੰ ਚਮਕਾ ਰਹੀ ਹੈ, ਜਗਮਗਾ ਰਹੀ ਹੈ। ਇਹ ਸੁਣਿਆ ਤੇਰੇ ਵਰਗਾ ਨਾ ਕੋਈ ਆਇਆ ਹੈ ਨਾ ਆਵੇਗਾ, ਇੰਨੀ ਸ਼ਾਨ ਤਾਂ ਕਿਸੇ ਚੌਧਰੀ ਨੂੰ ਵੀ ਨਹੀਂ ਮਿਲੀ ਅਤੇ ਕਿਸੇ ਬਾਦਸ਼ਾਹ ਨੂੰ ਵੀ ਨਹੀਂ ਮਿਲੀ, ਨਾ ਕਿਸੇ MNA ਨੂੰ ਮਿਲੀ, ਨਾ ਕਿਸੇ MPA ਨੂੰ ਮਿਲੀ, ਨਾ ਕਿਸੇ ਵਜ਼ੀਰ ਆਜ਼ਮ ਨੂੰ ਮਿਲੀ, ਨਾ ਕਿਸੇ ਸਦਰ ਨੂੰ ਮਿਲੀ। ਮਹਬੂਬਾ ਸਾਰੀਆਂ ਸ਼ਾਨਾਂ ਮੇਰੇ ਰੱਬ ਨੇ ਤੇਰੇ ਪੈਰਾਂ 'ਚ ਰੱਖ ਦਿੱਤੀਆਂ, ਸਾਰੀਆਂ ਸ਼ਾਨਾਂ ਤੇਰੇ ਪੈਰਾਂ 'ਚ ਮਹਬੂਬਾ ਰੱਖ ਦਿੱਤੀਆਂ। ਅੱਲਾਹ ਅਕਬਰ। ਅਤੇ ਉਹਨਾਂ ਦੀ ਗੱਲ ਕਰਦੇ ਪਏ, ਅਤੇ ਇਹ ਗੱਲ ਯਾਦ ਰੱਖਿਆ ਜੇ, ਜਦੋਂ ਉਹਨਾਂ ਦੀ ਗੱਲ ਹੋਵੇ ਨਾ ਉਦੋਂ ਪਿਆਲਾ ਸਿੱਧਾ ਰੱਖਾ ਕਰੋ। ਉਦੋਂ ਹਜ਼ਰਤ ਸਾਹਿਬ ਉਦੋਂ ਪਿਆਲਾ ਦਿਲ ਦਾ ਸਿੱਧਾ ਰੱਖਾ ਕਰੋ, ਕਿਉਂਕਿ ਪੁੱਠੇ ਪਿਆਲਾ 'ਚ ਸ਼ਰਬਤ ਨਹੀਂ ਪਾਏ ਜਾਂਦੇ। ਪਿਆਲਾ ਸਿੱਧਾ ਹੋਵੇ ਤਾਂ ਹੋ ਸਕਦਾ ਹੈ, ਇੱਥੇ ਕਈ ਸਾਰੇ ਬੇਲੀ ਡਰਾਈਵਰ ਵੀ ਬੈਠੇ ਹਨ, ਤੁਸੀਂ ਖੁਦ ਫੈਸਲਾ ਕਰੋ। ਅਗਰ ਤੁਹਾਨੂੰ ਸੁਸਤੀ ਛਾਈ ਹੋਵੇ ਤਾਂ ਕਾਰ ਚੱਲਦੀ ਹੈ, ਮੰਜ਼ਿਲ 'ਤੇ ਪਹੁੰਚਦੇ ਜੇ, ਨਹੀਂ ਪਹੁੰਚਦੇ ਜੇ ਨਾ ਪਹਿਲੇ ਛੱਟਾ ਮਾਰਦੇ ਜੇ ਨਿੰਦਰ ਆਵੇ ਤਾਂ, ਬਈ ਸਿੱਧਾ ਬਵਾਂਗਾ, ਸਟੇਰਿੰਗ ਪਕੜਾਂਗਾ ਅਤੇ ਮੁੜ ਉਕਾੜੇ ਜਾਂ ਲਾਹੌਰ ਪਹੁੰਚਾਂਗਾ। ਅਤੇ ਸ਼ਗਿਰਦ ਤੁਹਾਡਾ ਸੁਸਤੀ ਕਰੇ ਅਤੇ ਚੰਡ ਮਾਰਦੇ ਜੇ, ਕਿਵੇਂ ਪਹੁੰਚਾਵੇਂਗਾ ਸਾਨੂੰ ਤੂੰ? ਇਹ ਤੁਹਾਨੂੰ ਮੌਲਵੀ ਨਹੀਂ ਪਹੁੰਚਾ ਸਕਦਾ। ਹਕੀਕਤ 'ਚ ਜਿਹੜੀ ਮਹਿਫਲ ਹੁੰਦੀ ਹੈ ਨਾ, ਉਹ ਬੇਲੀਓ ਮਿਸਾਲਾਂ ਤੋਂ ਗੱਲ ਅਸਲ ਸਮਝਣੀ ਹੁੰਦੀ ਹੈ। ਜਿਵੇਂ ਜਿਸਮ ਦੀ ਮੰਜ਼ਿਲ ਤਵੱਜੋ ਨਾਲ ਗੱਡੀ ਪਹੁੰਚਾਉਂਦੀ ਹੈ, ਮਹਿਫਲ 'ਚ ਰੂਹ ਦੀ ਮੰਜ਼ਿਲ ਮਦੀਨਾ ਹੁੰਦੀ ਹੈ। ਹਕੀਕਤ 'ਚ ਇੱਥੇ ਆ ਕੇ ਅਸੀਂ ਰੂਹ ਦੀ ਗੱਡੀ ਨੂੰ ਮਦੀਨੇ ਪਹੁੰਚਾਉਣੇ ਹੈ ਕਿ ਇੱਥੇ ਜਨਾਬ ਬਵਾਂਗੇ, ਗੱਲਾਂ ਕਰਾਂਗੇ। ਯਾਨੀ ਵੈਸੇ ਤਾਂ ਪਾਸਪੋਰਟ ਬਣਾਉਣਾ ਪੈਂਦਾ, ਵੈਸੇ ਬੰਦੇ ਨੂੰ ਜਨਾਬ ਪੈਸੇ ਵੀ 1-1 ਰੁਪਈਆ ਕਰਕੇ ਇਕੱਠਾ ਕਰਨਾ ਪੈਂਦਾ, ਫਿਰ ਬੰਦਾ ਮਦੀਨੇ ਦੇ ਵਾਸਤੇ ਸਫ਼ਰ ਇਖਤਿਆਰ ਕਰਦਾ ਹੈ। ਉਹ ਬੇਲੀਓ ਇਹ ਮਹਿਫਲ, ਉਹ ਮਹਿਫਲ ਹੁੰਦੀ ਹੈ ਜਿਹਦੇ 'ਚ ਸਿਰਫ ਆਦੀ ਰੂਹ ਦਾ ਸਟੇਰਿੰਗ ਸਿੱਧਾ ਕਰਨਾ ਹੈ, ਸਟੇਰਿੰਗ ਸਿੱਧਾ ਕਰਨਾ ਹੈ, ਬਸ ਸਟੇਰਿੰਗ ਸਿੱਧਾ ਕਰਨਾ ਹੈ। ਫਿਰ ਤੂੰ ਚੌਥਾ ਗੇਰ ਲਾ ਦੇ ਤੇ ਫਿਰ ਨਬੀ ਜਾਣੇ ਤੇ ਰੂਹ ਜਾਣੇ, ਫਿਰ ਨਬੀ ਜਾਣੇ ਤੇ ਰੂਹ ਜਾਣੇ। ਗੱਲਾਂ ਅਸਲ ਇਹ ਹਨ, ਇਹ ਗੱਲਾਂ ਲੋਕੀ ਭੁੱਲ ਗਏ, ਤਵੱਜੋ ਨੂੰ ਭੁੱਲ ਗਏ। ਉਹ ਬੇਲੀਓ ਸਾਡੇ ਨਬੀ ਵਾਸਤੇ ਸਫ਼ਰ ਸਫ਼ਰ ਨਹੀਂ, ਰੁਕਾਵਟਾਂ ਰੁਕਾਵਟਾਂ ਨਹੀਂ, ਦੂਰੀ ਦੂਰੀ ਨਹੀਂ। ਦੂਰ ਹੂੰ ਮਗਰ ਧਿਆਨ ਮੇਂ ਹੂੰ, ਉਸਕੀ ਬਾਤ ਕਰ ਰਹੇ ਹੋ ਜੋ ਰਾਤ ਕੇ 12 ਵਜੇ ਵੀ ਦੇਖਤੇ ਹੈ, ਦਿਨ ਕੇ 12 ਵਜੇ ਵੀ ਦੇਖਤੇ ਹੈ। ਵੋ ਤੁਹਾਰੀ ਲਾਈਟਿੰਗ ਵੀ ਦੇਖਤੇ ਹੈ, ਤਵੱਜੋ ਵੀ ਦੇਖਤੇ ਹੈ, ਮੁਹੱਬਤ ਵੀ ਦੇਖਤੇ ਹੈ, ਪਿਆਰ ਵੀ ਦੇਖਤੇ ਹੈ, ਮਾਲ ਕਾ ਸਰਫ ਕਰਨਾ ਵੀ ਦੇਖਤੇ ਹੈ, ਤੜਪਣਾ ਵੀ ਦੇਖਤੇ ਹੈ, ਬਿਲਖਣਾ ਵੀ ਦੇਖਤੇ ਹੈ। ਤੁਹਾਰੀ ਤਵੱਜੋ ਕਿਆ ਚਾਹਤੀ ਹੈ, ਵੋ ਚਾਹਤ ਕੋ ਵੀ ਦੇਖਤੇ ਹੈ, ਰੱਗ ਕੇ ਪੀਛੇ ਜੋ ਤੜਪ ਹੈ, ਵੋ ਤੜਪ ਕੋ ਵੀ ਦੇਖਤੇ ਹੈ, ਵੋ ਤੁਹਾਰੇ ਕਤਰੋ ਕੀ ਰਵਾਨੀ ਕੋ ਵੀ ਦੇਖਤੇ ਹੈ, ਦਿਲ ਕੇ ਧੜਕਨੇ ਕੋ ਵੀ ਦੇਖਤੇ ਹੈ। ਵੋ ਯੇ ਨਹੀਂ ਦੇਖਤੇ ਕਿ ਬੋਲਣ ਵਾਲਾ ਮੌਲਵੀ ਕਿੰਨਾ ਉੱਚਾ ਹੈ। ਇਹ ਲੋਕੀ ਵੇਖਦੇ ਹਨ, ਨਬੀ ਨਹੀਂ ਵੇਖਦਾ ਕਿ ਮੌਲਵੀ ਆਇਆ ਕਿੱਥੋਂ ਹੈ। ਪਹਿਲੇ ਲੋਕੀ ਵੇਖਦੇ ਹਨ, ਜਨਾਬ ਇਸ਼ਤਿਹਾਰ ਵੇਖਾਂ ਕਿੱਡਾ ਸੋਹਣਾ ਮੁਖੜਾ ਹੈ ਅਤੇ ਕਿੱਡਾ ਵੱਡਾ ਨਾਂ ਹੈ, ਅਤੇ
पुछदे हन कि मियाँ किन्ने पैसे लेके आया है, पुछदे हन किन्ना मांगा कोई है, ते मांगा वेखण जांदे हन। वो मेरा नबी ना मांगा वेखे ते ना सस्ता वेखे। जेड़ा नबी आधा सैक्टरी बिलाल नू बना लवे, बिलाले हबशी नू बना लवे, सानू दस दिता तुसी ड्राइवर जे, चौधरी जे, वडेरे जे, जे जे वे जे, नबी पाक खुदा दी कसम नहीं वेखदे, नबी सिर्फ झोली वेखदे।